दोहरा वेत्रपाण आए तवै कंचुक पाग अनूप नागर जन आयो सुनो महामोह जग भूप दंभ ते हंकार इस तरह गल्लां कर रहे सन उस वेले ही चौबदार आ गया जिसका चोगा बहुत ही सुंदर सी उसने आउंदिया ही कहना शुरू किया हे नगर दे लोको सुनो महामोहराजा जी आए आ रहे हैं सोइया चंदन के छिटकाव करो मन फाटक होम सो बेद सुना बनावो जलयंत्र सबै ग्रह खोल दीजै जलयंत्र सबै हाँ जी सब खोल दीजै तीन भीतर कुंकम गंध मिलावो सब द्वारन बंधन वार करो गज मोतन हार लड़ी लटकावो सकर सराहन सकर सरासन चित्र तुझा सब सोधन के सिर माहे चुलावो अखीरली पंक्ति सोधन मकान सोधन मकान हो गए जी बिल्डिंग कवित फेर दंभ कहो महाराज है समीप आए चलिए अगारी सम्मान अत कीजिए दंभ कहते महाराज आ रहे ने चल आप मेरे को सम्मान करिए ठीक है कहो है अहंकार तुम भलो ही उचार्च उचार्च कियो अहंकार कहन लगा दंभ नु हां जी तेरी चंगा क्या है ठीक कह रहे हुजिए त्यास उपाय न को दीजिए चलो त्यार हो महाराज बहुत ही सेवा करिए बेटा नहीं है जाए कह उपाय न सुपाय न के माहे धरी जाए बेटा चरना लग दी जोर कर कहो यो बनारस पखी जिए हाथ जुड़ के हमारे आओ जी बनारस के दर्शन करो आए महामोह भूप पूरी में प्रवेश कियो महामोह राजा बनारस पुरी में प्रवेश कर गया विविध विभूत परिवार सो सही जिए बहुत वड्डा ओहदा साजो समान ओहदा परिवार बहुत वड्डा सारे कबित महा मोह भूप सो अनूप पिख हसे अत महामोह राजा भूप सो अनूप पिख हसे अत बड़े अनूप रचना वे के हस पिया अहो जड़ बुद्ध सब लोक बौराने हैं कह देखो मोटी बुद्धि वाले मूर्ख पागल हो फिरते लोग कांसी भी सांझी है कांसी भी चढ़े बस दुनिया कह रहे हैं मां मोह अहंकार दम कठे जो हो गए हां जी हां जी सारे अंदर बैठे दूजे समझते लोक पर लोक माहे भोगता अनूप सुख लोक पर लोग अनेक भोग ने सुख ने देह ते विभिन्न मूड आत्मा बखाने है भोग छड के पंडित ज्ञानी बने फिरते ने संत सन्यासी देह तो भिन्न भी आत्मा का नाम लेंदे ने ਬਲਾ ਦੇ ਤੋਂ ਆਪ ਪਿੰਡ ਵੀ ਆਤਮਾ ਹੁੰਦੀ ਆਕਾਸ਼ ਤਰ ਫੁੱਲਣ ਵਿਸ਼ਾਲ ਫਲ ਆਸ ਕਰੇ ਇਹ ਤਾਂ ਉਹ ਗੱਲ ਬਣ ਗਈ ਆਕਾਸ਼ ਦੇ ਦਰਖਤਾਂ ਦੇ ਫੁੱਲਾਂ ਦੀ ਮਾਲਾ ਪਾਣੀ ਗੱਲ ਚ ਜਿੰਨਾ ਦੇ ਆਕਾਸ਼ ਚ ਫੁੱਲ ਹੁੰਦੇ ਨੇ ਤਿੰਨਾ ਉਹਦੇ ਮਾਲਾ ਬਣਦੀ ਹੈ ਕਹੋ ਨਭ ਫੁੱਲ ਹੂੰ ਕੋ ਸਵਾਦ ਕਿਨ ਜਾਣੇ ਹੈ ਦੱਸੋ ਆਕਾਸ਼ ਦੇ ਫੁੱਲਾਂ ਦੀ ਸੁਗੰਧੀ ਕਹਿੰਦੇ ਗਈ ਭਾਈ ਖੋਟੇ ਪੰਡਿਤ ਪਖੰਡ ਸੋ ਚਲਾਏ ਜਗ ਇਹ ਬਾਹਮਣ ਖੋਟੇ ਨੇ ਇਹਨਾਂ ਨੇ ਪਖੰਡ ਚਲਾਇਆ ਦੁਨੀਆਂ ਦੀ ਬੋਲ ਸੋ ਕਪੋਲ ਲੋਕ ਸਗਲੇ ਠਗਾਨੇ ਹੈ ਇਹਨਾਂ ਨੇ ਝੂਠ ਬੋਲ ਕੇ ਦੁਨੀਆਂ ਠੱਗ ਲਈ ਕਵਿਤ ਜੋਹੀ ਜਗ ਨਾਹੇ ਤਾਹੇ ਵਸਤ ਕੋ ਸਵਾਏ ਕਹੇ ਜਿਹੜੀ ਚੀਜ਼ ਹੈ ਹੀ ਨੀ ਆਤਮਾ ਉਹਨੂੰ ਕਹਿੰਦੇ ਨੇ ਹੈ ਠੀਕ ਹੈ ਪਏ ਹੈ ਵਿਚਾਲੇ ਵਾਕ ਮ੍ਰਿਖਾ ਵੇਦ ਮਨਾਈ ਮਾਨੇ ਝੂਠੇ ਵੇਦਾਂ ਦੇ ਬਚਨਾਂ ਨੂੰ ਮੰਨ ਕਹਿੰਦੇ ਨੇ ਚਾਰ ਵਾਕਨ ਕੇ ਵਾਕ ਸਤ ਤਾਹੇ ਕੋ ਅਸਤ ਕਹੇ ਜਿਹੜੇ ਚਾਰ ਵਾਕ ਦੇ ਬਚਨ ਨੇ ਸੱਚੇ ਨੇ ਉਹਨਾਂ ਨੂੰ ਇਹ ਝੂਠਾ ਕਹਿੰਦੇ ਨੇ ਚਾਰ ਵਾਕ ਰਿਸ਼ੀ ਹੋਇਆ ਨਾ ਹਾਂਜੀ ਉਹ ਨਾਸਤਿਕ ਹੋਇਆ ਅੱਛਾ ਜੀ ਉਹ ਕਹਿੰਦਾ ਸੀ ਕੋਈ ਰੱਬ ਨਹੀਂ ਕੋਈ ਪੁਨਰ ਜਨਮ ਨਹੀਂ ਤੇ ਜਿਵੇਂ ਚਾਵਲ ਛੱਡ ਕੇ ਵਿੱਚੋਂ ਛਿਲਕਾ ਲਾ ਕੇ ਤੇ ਵਿੱਚ ਚਾਵਲ ਖਾ ਲਈਦਾ ਏਦਾਂ ਸੰਸਾਰ ਦੇ ਤੁਸੀਂ ਕਹਿੰਦੇ ਵੀ ਸੰਸਾਰ ਦੇ ਦੁੱਖ ਨੇ ਦੁੱਖਾਂ ਨੂੰ ਛੱਡ ਕੇ ਜਿਹੜੇ ਸੁੱਖ ਨੇ ਉਹ ਗ੍ਰਹਿਣ ਕਰ ਲਓ ਅੱਛਾ ਜੀ ਚਾਵਲ ਦਾ ਛਿਲਕਾ ਲਾ ਲਓ ਚਾਵਲ ਖਾ ਲਓ
ਛਿਲਕਾ ਕਾਲ ਚੜਦਾ ਨਾ ਦੁੱਖ ਦਿੰਦਾ ਖਾਓ ਤੁਸੀਂ ਤੁਹਾਨੂੰ ਕੌਣ ਕਹਿੰਦਾ ਛਿਲਕਾ ਖਾਓ ਤੁਸੀਂ ਦੁੱਖਾਂ ਨੂੰ ਛੱਡ ਕੇ ਸੁੱਖਾਂ ਨੂੰ ਗ੍ਰਹਿਣ ਕਰੋ ਇਹ ਚਾਰ ਵਾਕ ਦਾ ਸਿਧਾਂਤ ਸੀ ਸ਼ਾਬਦ ਜਵੇਤ ਕਿਰਤ ਪਵੇਤ ਇਹਨਾਂ ਦੇ ਜੀਣਾ ਚੋਰ ਪੀਣਾ ਰਿਣ ਚੁੱਕੇ ਕਰਜ਼ਾ ਚੁੱਕੇ ਅਗਲਾ ਜਨਮ ਹੋਣਾ ਹੀ ਨੀ ਤੇ ਫਿਰ ਆਪਾਂ ਲੇਖਾ ਹੀ ਨੀ ਦੇਣਾ ਕੋਈ ਕਿਉਂ ਐਵੇਂ ਟੈਨਸ਼ਨ ਲਈ ਹੈ ਚਾਰ ਵਾਕ ਦੀ ਇਹ ਸਿਧਾਂਤ ਸੀ ਠੀਕ ਹੈ ਇਹ ਚਾਰ ਵਾਕ ਦੂਜੇ ਦੇ ਨੀ ਜੀ ਆਪਣੇ ਵਾਲੇ ਉਹ ਜਿਹੜੇ ਚਾਰ ਵਾਕ ਨੇ ਜੀ ਉਹ ਚਾਰ ਮਹਾਂਵਾਕ ਨੇ ਇਹ ਚਾਰ ਵਾਕ ਇੱਕ ਬੰਦੇ ਦਾ ਨਾਂ ਸੀ ਅੱਛਾ ਜੀ ਚਾਰੂ ਵਾਕ ਚਾਰੂ ਮੈਨੂੰ ਸੋਹਣੇ ਵਾਕ ਸੋਹਣੇ ਬੋਲਦਾ ਸੀ ਲੋਕਾਂ ਨੂੰ ਕਹਿੰਦਾ ਸੀ ਰੱਬ ਰੂਪ ਕੋਈ ਨੀ ਆਤਮਾ ਕੋਈ ਨੀ ਇਹ ਸਰੀਰ ਹੀ ਆਤਮਾ ਹੈ ਤੇ ਭੋਗ ਹੀ ਸਭ ਤੋਂ ਵੱਡਾ ਸੁੱਖ ਹੈ ਠੀਕ ਹੈ ਖਾਓ ਪੀਓ ਮੌਜ ਨਾਲ ਜੀਓ ਪੁੜ ਕੇ ਆਉਣਾ ਨੀ ਟੈਨਸ਼ਨ ਕੋਈ ਹੈ ਨੀ ਮੁਕਤੀ ਕੋਈ ਮਰਨ ਤੋਂ ਬਾਅਦ ਮੁਕਤੀ ਆਪੇ ਹੋ ਜਾਣੀ ਵਿਚਾਰ ਤੁਮ ਆਪ ਕਰੋ ਤੱਤਵ ਸਾਰ ਦੀ ਵਿਚਾਰ ਕਰੋ ਤੱਤ ਦੀ ਤੁਸੀਂ ਸਾਰੇ ਕਾਟੇ ਤਨ ਸੀਸ ਦ੍ਰਿਗ ਵਾਹੀ ਔਰ ਠਾਨ ਕਹਿੰਦੇ ਸਿਰ ਕੱਟੀਏ ਤੇ ਅੱਖਾਂ ਉਦਾਂ ਹੀ ਉਸੇ ਪਾਸੇ ਦਾ ਜ਼ਿੰਦਗੀ ਕਹਿੰਦੇ ਹਾਂ ਸਾਹ ਤੁਸੀਂ ਆਪੇ ਕਰੋ ਮੈਂ ਜੋਤੀ ਦੱਸਦਾ ਉਹ ਕਿ ਕਿਸੇ ਵੀ ਦੇਹ ਨਾਲ ਸਿਰ ਕੱਟ ਦਿਓ ਅਤੇ ਸਿਰ ਕੱਟਣ ਵੇਲੇ ਅੱਖਾਂ ਉਸੇ ਵੱਲ ਲਾਈ ਰੱਖੋ ਅਤੇ ਚੰਗੀ ਤਰ੍ਹਾਂ ਦੇਖੋ ਹਾਂ ਜੇ ਕੋਈ ਕਿਸੇ ਸਿਰ ਵੱਢਣ ਲੱਗੇ ਹੋ ਅਤੇ ਉਹਦੇ ਦੇਖੋ ਉਹਦੇ ਸਿਰ ਵੱਲ ਹਾਂਜੀ ਤਨ ਤੇ ਨਿਆਰੋ ਜੋ ਪਧਾਰੇ ਜੀਵ ਭਿਖੇ ਕੋਈ ਉਸ ਵੇਲੇ ਦੇਖੋਗੇ ਵੀ ਸਿਰ ਕੱਟ ਦਿੱਤਾ ਪਰ ਸਰੀਰ ਚੋਂ ਨਿਕਲ ਕੇ ਕੋਈ ਆਤਮਾ ਜਾਂਦੀ ਦੇਖੀ ਨੀ ਠੀਕ ਹੈ ਤਾਂ ਮਤਲਬ ਇਹੀ ਹੈ ਸਰੀਰ ਹੀ ਆਤਮਾ ਹੈ ਤਬੀ ਤਨ ਭਿੰਨ ਇਹ ਆਤਮ ਸੁਜਾਨੀ ਕਹਿੰਦੇ ਜੇ ਕੋਈ ਜਾਂਦੀ ਵੇਖੋਗੇ ਬਾਹਰ ਸਰੀਰ ਚੋਂ ਨਿਕਲਦੀ ਆਤਮਾ ਦੇਖੋਗੇ ਫਿਰ ਮੰਨੋ ਵੀ ਆਤਮਾ ਵੱਖਰੀ ਚੀਜ਼ ਹੈ ਕੋਈ ਜੇ ਸਰੀਰ ਚੋਂ ਨਿਕਲੇ ਕੱਖ ਨੀ ਜਾਂਦਾ ਵੇਖਿਆ ਹੀ ਨੀ ਫਿਰ ਵੱਖਰਾ ਹੋ ਕਿਵੇਂ ਗਿਆ ਦਲੀਲ ਤਾਂ ਹਰ ਇੱਕ ਦੇ ਕੋਲ ਹੁੰਦੀ ਹੈ ਜੋ ਨਹੀਂ ਦੇਖਿਆ ਤਾਂ ਹੋ ਨੀ ਸਕਦਾ ਉਹ ਪ੍ਰਮਾਣ ਅੱਖਾਂ ਨੂੰ ਮੰਨਦੇ ਲੋਕਾਂ ਨੇ ਕੇ ਬੰਚ ਪੁਨ ਬੰਚਿਓ ਨੇ ਜੇ ਆਤਮਕ ਲੋਕਾਂ ਨੂੰ ਠੱਗਣ ਵਾਲੇ ਆਪਣੇ ਆਪ ਨੂੰ ਠੱਗਦੇ ਨੇ ਸੀਸ ਜਲ ਨਹਾਏ ਵਰਤ ਆਤਮ ਤਪਾਏ ਹੈ ਇਹ ਬ੍ਰਾਹਮਣ ਦੇ ਸੰਨਿਆਸੀ ਇਹ ਦੋ ਧਾਰਮਿਕ ਲੋਕ ਜਿਹੜੇ ਨੇ ਸਿਰ 'ਚ ਪਾਣੀ ਪਾਉਂਦੇ ਨੇ ਅੱਗ 'ਚ ਧੂਣੀਆਂ ਤਾਰਦੇ ਨੇ ਆਪਣੇ ਸਰੀਰ ਨੂੰ ਕਸ਼ਟ ਦਿੰਦੇ ਨੇ ਇਹ ਲੋਕ ਸਵੇਰੇ ਸਵੇਰੇ ਉੱਠ ਕੇ ਨਹਾਉਣ ਦੀ ਨਾ ਉਹਨਾਂ 9 ਵਜੇ ਉੱਠੋ ਇਸ਼ਨਾਨ ਪਾਣੀ ਕਰੋ ਨਾਸਤਾ ਪਾਣੀ ਕਰੋ ਹੈ ਨਾ ਬਾਬਾ ਢੱਡੀਆਂ ਦੇ ਹੀ ਕਹਿੰਦਾ 9 ਵਜੇ ਬੈਟਰੀ ਚਾਰਜ ਕਰੋ ਨਾਕ ਮੁਖ ਪਾਦ ਪਾਲ ਦੇਹ ਹੈ ਸਮਾਨ ਸਭ ਨੱਕ ਮੁਖ ਪੈਰ ਹੱਥ ਦੇਹ ਸਾਰੀ ਬਰਾਬਰ ਮਨ ਮੈਂ ਆਏ ਕ੍ਰਮ ਵਰਣ ਕੋ ਬਤਾਏ ਹੈ ਸਾਰਿਆਂ ਦੇ ਰੰਗ ਪੈਰ ਹੱਥ ਕਰਮ ਕਹਿੰਦੇ ਬਾਹਮਣ ਖੱਤਰੀ ਗਾਇ ਚੂਦਰ ਚਾਰ ਬਰਨ ਮੰਨੀ ਬੈਠੇ ਆਪਣੀ ਪਰਾਈ ਨਾਰ ਸੰਪਦਾ ਬਤਾਏ ਸੁਰਤ ਆਪਣੀ ਪਰਾਈ ਇਸਤਰੀ ਸੰਪਦਾ ਬਦਾਈ ਨਾਹੇ ਹਮ ਜਾਣੇ ਸੱਠ ਭੇਦ ਕੋ ਅਲਾਏ ਹੈ ਅਸੀਂ ਤੇ ਕੋਈ ਫਰਕ ਨੀ ਸਮਝਦੇ ਜਨਾਨੀ ਪਰਾਈ ਜਾਣੀ ਵੀ ਜਾਣੀ ਆਪਣੀ ਜਾਣੀ ਵੀ ਜਾਣੀ ਕੀ ਫਰਕ ਹੈ ਬ੍ਰਾਹਮਣ ਕਹਿੰਦੇ ਨਹੀਂ ਪਰਾਈ ਦੇ ਹੱਥ ਨਾ ਲਾਓ ਪਰਾਈ ਨੂੰ ਨਾ ਛੇੜੋ ਪਰਾਇਆ ਧਨ ਆਪਣਾ ਧਨ ਕਰਨੇ ਆਪਣਾ ਧਨ ਕੀ ਲਾਇਆ ਧਨ ਕੀ ਧਨ ਧਾਨੀ ਨਾਰ ਧਨ ਭੋਗ ਪੂਨ ਪਾਪ ਕੋ ਵੀ ਭਾ ਗਿਆ ਹੈ ਨਾਲ ਧਨ ਦੇ ਭੋਗਾਂ ਦੇ ਫਰਕ ਇਹ ਹੈ ਪਾਪ ਕੋ ਵੀ ਭਾ ਗਿਆ ਹੈ ਪਾਪੋਂ ਪਾਪ ਦੇ ਫਰਕ ਆਪਣੋ ਪਰਾਇਓ ਬਲ ਹੀਨ ਮੁਖ ਗਾਏ ਹੈ ਇਹ ਜਿਹੜਾ ਭੇਦ ਕਰਦੇ ਨੇ ਇਹ ਕਮਜ਼ੋਰ ਬੰਦੇ ਕਰਦੇ ਨੇ ਜਿਹਨਾਂ ਕੋਲ ਦੂਜੇ ਜਨਾਨੀ ਨਹੀਂ ਭੋਗੀ ਜਾਂਦੀ ਉਹ ਕਹਿ ਦਿੰਦੇ ਛੱਡੋ ਜੀ
आत्मा शरीर है धीर चार वाक का है। महान विद्वान चार वाक जी कहते ने शरीर ही आत्मा है। आगम प्रमाण एक ताहे को सो लिखिए उदा शास्त्री प्रमाण देखने वाला है सामने दिखता है। ओम जल तेज वायु तत् सो बताई दे पांच तत् ने आकाश वायु अग्नि जल ते भूमि जाहे मैं प्रमाण सो प्रत्यक्ष एक देखिए इस प्रत्यक्ष प्रमाण देखने वाला देखा जाता है। नारण को भोग ओ द्रव को संजोग जोई जो स्त्री का भोग है तो पैसे का कट्ठे करना है यही पुरकारत पुरखारत ना और कुछ देखिए यही पुरुषार्थ है और कोई पुरुषार्थ नहीं। बंदे ने वो तो पैसा इकट्ठा करना चाहिए ते वो तो वह जनानियां ते वो कोठे दुकान कोठियां कारा पैसा टका एज रहना चाहिए। चेतन सपूत हुई ना ही पर लोक कोई कोई चेतन ही कोई नहीं गा ते कोई पर लोक भी कोई नहीं गा। मोख भी नमृत और दूसरो न वेखिए मौत भी ना मुक्ति और कोई नहीं मौत ही मुक्ति है। बिल्कुल सही हो रहा जी आज के टाइम से सर इतने समय से चार बार की हो गए सर कभी तो यही मन अर्थ कामो परम पुरुषार्थो न धर्मो ना मोख कभी यही अर्थ काम पर दोचार धर्म धर्म दान मोक्ष मर जाए मुक्ति है यही मन धार मुख बुद्ध ने उच्चार किया। कौन है रोटी दिखवा दे तू जग रहा बेटे यही मन धार मुख बुद्ध ने उच्चार किया मन से ही सोच के महात्मा बुद्ध बोले ने उत्तम सिद्धांत चार वाक को पढ़ायो है उन्होंने चार वाक में अपना उत्तम सिद्धांत पढ़ा दिया महात्मा बुद्ध ने। महात्मा बुद्ध ने अपना सिद्धांत चार वाक में पढ़ा दिया। अच्छा जी चार वाक सिखन प्रसिखन पढ़ाए सब चार वाक ने अपने चेलिया अगो चेलिया चेलिया पोते चेलिया पढ़ाया यही सो सिद्धांत लोग भीतर चलायो है संसार च ही सिद्धांत प्रगट किया है जरा पिछला सुने जी अपा हाँ जी ये महाराज महात्मा बुद्ध ने दस अस्ता होया सी चलन दी रिकॉर्डिंग ओनी कर लो रिकॉर्डिंग करी चलो। महात्मा बुद्ध जेड़े सी ना उन्होंने मतलब ब्राह्मणा नालों वेदा नालों हट के साधना की सी बिलकुल। अच्छा जी उन्होंने साधना की सी साधना सुन तक पहुंची सुन अवस्था पूर्व अवस्था जो जा टिके सी चलो उन्होंने बहुत दुनिया में शांति दी कीता पर ब्रह्म तक नहीं पहुंचे। अच्छा जी हाँ जी चलो जी पहुंच भी गए होंगे उधर चेलिया ने उस गल नहीं पकड़े की होया कि जो गल अस्पष्ट हो गई ना तो ओदी व्याख्या हर कोई अपने ढंग ना करता तो चार वाकिया ने समझ लिया भी नास्तक है क्योंकि सनातनी भी जेड़े ने बुद्ध नू ओ नास्तक ही मनते ने। अच्छा जी तो गुरु गोबिंद सिंह साहब भी कहते ने जाकर नाव न ठाव न गाव है बोध बोध अवतार ताही को नाव जाको नाव मुक्ति चलो पत्नी हो नहीं हुई पर जेड़ी वीरता से खत्म करती ना देश गुलाम हो गया दसवें पातशाह ने फिर उससे पटना साहब से तलवार चुक ली इस करके फिर चार बाग के मतलब कि सारा नास्तिक का ही काम मिली पूरा नास्तिक कुछ भी नहीं कर सकते अज के नास्तिक गल ही नहीं कर सकते
ਇਹਨੂੰ ਉਡਾਉਣਾ ਬੜਾ ਔਖਾ ਸੀ। ਪੰਡਿਤਾਂ ਨੇ ਡਰਦਿਆਂ ਮਾਰਿਆ, ਇਹਦੇ ਗ੍ਰੰਥ ਸਾੜਦੇ, ਹੋਰ ਕੁਛ ਨਹੀਂ, ਚਾਰ ਬਾਗ ਦੇ ਗ੍ਰੰਥ ਹੀ ਸਾੜਦੇ। ਕੁਛ ਲੋਕ ਮਿਲਦਾ ਜਾਵਤ ਜਵੇਤ ਕਿਰਤ ਪਵੇਤ ਕਰਦਾ ਚੁੱਕ, ਇੱਕ ਵਾਰ ਉਹ ਵੀ ਲੋਕਾਂ ਨੇ ਮੂੰਹ ਚੜਿਆ। ਹੋਰ ਕੋਈ ਪੋਥੀ ਗ੍ਰੰਥ ਲਿਖਤ ਦੀ ਜਿੰਦੀ ਨਹੀਂ ਰਹੀ। ਜੇ ਹੁਣ ਗ੍ਰੰਥ ਪਏ ਹੁੰਦੇ ਸਾਰੀ ਦੁਨੀਆਂ ਨਾਸ ਟਕਾਉਣੀ। ਇਹਦਾ ਮਤਲਬ ਮਹਾਰਾਜ ਬੋਧੀ, ਐਸੋ ਸੁਣ ਚਾਰ ਵਾਕ, ਚਾਰ ਵਾਕ ਸਿੱਖ ਲਈਏ, ਪੇਖਤ ਸਮਾਜ ਰਾਜ ਸਭਾ ਮਹਿ ਆਇਓ ਹੈ। ਇਸ ਤਰ੍ਹਾਂ ਦੇ ਵਿਚਾਰ, ਚਾਰ ਵਾਕ ਆਪਣੇ ਚੇਲਿਆਂ ਨੂੰ ਲੈ ਕੇ ਸੋਹਣੀ ਸਭਾ ਵਿੱਚ ਆ ਗਿਆ, ਜਿੱਥੇ ਸਟੇਜ ਦੇ ਉੱਤੇ ਆ ਗਿਆ। ਸਿੱਖ ਕੋ ਬੁਲਾਏ ਸੋ ਬੁਝਾਏ ਬਾਤ ਇਹੋ ਕਹੀ, ਆਪਣੇ ਚੇਲੇ ਨੂੰ ਬੁਲਾ ਕੇ ਕਹਿਣ ਲੱਗਾ, ਦੰਡ ਨੀਤ ਵਿਦਿਆ ਨਾ ਔਰ ਕੁਛ ਗਾਇਓ ਹੈ। ਕਹਿੰਦੇ ਕੋਈ ਦੰਡ ਹੈ ਰਾਜਨੀਤੀ ਦਾ, ਬਸ ਰਾਜਾ ਕੋਈ ਸਜ਼ਾ ਦੇ ਦੇਵੇ ਤੁਹਾਨੂੰ ਦੇ ਦੇਵੇ, ਅੱਗੇ ਧਰਮ ਰਾਜ ਜਾਂ ਜਮਦੂਤ ਵਗੈਰਾ ਉਹ ਕੋਈ ਨੀ ਕਿਹਾ ਕੁਛ, ਉਹਦੀ ਟੈਨਸ਼ਨ ਨਾ ਰੱਖੋ, ਤੁਹਾਨੂੰ ਕੁਛ ਨੀ ਹੁੰਦਾ। ਸਿੱਖੇ ਵਾਚ ਦੋਹਰਾ, ਵੇਦ ਤ੍ਰਈ ਗੁਰ ਈਸ਼ ਕ੍ਰਿਤ ਵਿਦਿਆ ਕਹੇ ਉਦਾਰ। ਸਿੱਖ ਕਹਿੰਦਾ ਵੇਦ ਤ੍ਰਈ ਗੁਰੂ ਅਤੇ ਈਸ਼ਵਰ ਇਹ ਵਿਦਿਆ ਨੂੰ ਕਹਿੰਦੇ ਹਨ। ਵੇਦਨ ਸੁ ਕੀ ਕਹਿੰਦਾ, ਵੇਦਨ ਮੈਂ ਵੇਦਨ ਸੁ ਕਹਿਓ ਜਜਨ ਪਾਵੈ ਸਵਰਗ ਅਪਾਰ। ਵੇਦਾਂ ਵਿੱਚ ਜਿਹੜਾ ਕਿਹਾ ਗਿਆ ਪੂਜਾ ਪਾਠ ਕਰੇ ਉਹ ਸਵਰਗ ਨੂੰ ਪਾਉਂਦਾ ਹੈ। ਚਾਰ ਵਾਕ ਵਾਚ ਸਹੀ ਆ, ਧੂਰਤ ਕੋ ਪ੍ਰਲਾਪ ਸੁਣੋ, ਇਹ ਵੇਦ ਤ੍ਰਈ ਜਗ ਮਾਹੇ ਬਖਾਨੀ। ਚਾਰ ਵਾਕ ਕਹਿੰਦਾ ਕਾਕਾ ਇਹ ਜਿਹੜੀ ਵੇਦ ਤ੍ਰਈ ਹੈ ਨਾ, ਇਹ ਠੱਗਾਂ ਦਾ ਬਕਵਾਸ ਹੈ। ਵੇਦ ਤ੍ਰਈ ਕੀ ਨੂੰ ਬਈ, ਸ਼ਾਮ ਵੇਦ, ਰਿਗ ਵੇਦ, ਯਜੁਰਵੇਦ, ਤਿੰਨ ਨਹੀਂ ਸੀ ਨਾ, ਅਥਰਵਣ ਤੇ ਕਲਯੁਗ ਚ ਆਇਆ ਨਾ। ਵੇਦ ਤ੍ਰਈ ਤਿੰਨ ਵੇਦ ਆਦਿ ਦਸਮ ਸਰਮ ਨੂੰ ਬੰਗਣਾ ਤੇ ਜਗ ਕਰਾਣੇ ਪੈਸਾ ਖਰਾਬ ਕਰਨ ਦਾ ਕੰਮ ਹੈ। ਐਵੇਂ ਹੀ ਹਵਨ ਕਰੀ ਜਾਂਦੇ, ਐਵੇਂ ਜਿਵੇਂ ਅੱਜ ਕੱਲ੍ਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਅਖੰਡ ਪਾਠ ਕਰਨ ਦੇ ਜੋਤਾਂ ਜਗਾਉਂਦੇ ਨੇ, ਫਰੀਜ ਘਿਓ ਸਾੜੀ ਜਾਂਦੇ ਨੇ। ਇਹ ਸੁਰ ਲੋਕ ਜੇ ਜਾਵਤ ਪੁਰਾਣੇ, ਕਹਿੰਦੇ ਜਿਹੜੇ ਇਹ ਕਰਕੇ ਸਵਰਗ ਲੋਕ ਜਾਣਦੇ ਪੁਰਾਣੇ, ਤੇ ਉਹ ਦਾਹ ਦਹੋ ਦ੍ਰਮ ਜੇ ਫਲ ਹੋਰ ਲਹਿ ਵੋ ਰੀਤ ਸਮਾਨੀ। ਦਾਹ ਦਹੋ ਦ੍ਰਮ ਜੇ ਤਾਂ ਫਿਰ ਜਿਹੜਾ ਸੁੱਕਾ ਹੋਇਆ ਸੜਿਆ ਹੋਇਆ ਦਰਖਤ ਹੈ ਤਾਂ ਉਹਦਾ ਵੀ ਫਲ ਹੋਣਾ ਚਾਹੀਦਾ ਨਾ। ਫਿਰ ਜਿਹੜੇ ਦਰਖਤ ਨੂੰ ਅੱਗ ਲੱਗ ਗਈ ਉਹਨੂੰ ਅੰਬ ਲੱਗਣੇ ਚਾਹੀਦੇ ਨੇ, ਕਿਉਂਕਿ ਤੁਹਾਡੇ ਜੱਗ ਦੇ ਵਿੱਚ ਸਾਰਾ ਕੁਛ ਸੜ ਗਿਆ, ਚੁੱਕੇ ਤੇ ਫਲ ਮਿਲੇਗਾ, ਅੱਗੇ ਪੱਗੇ ਫਲ ਮਿਲੇਗਾ। ਕਹਿੰਦੇ ਫਿਰ ਦਰਖਤ ਸੜੇ ਹੋਏ ਦਰਖਤ ਨੂੰ ਕਿਉਂ ਨਹੀਂ ਫਲ ਲੱਗਾ, ਉਹਨੂੰ ਵੀ ਫਲ ਲੱਗਣਾ। ਦਲੀਲ ਵੀ ਬੜੀ ਤਕੜੀ ਦਲੀਲ ਹੈ ਨਾ, ਕੁਛ ਸੁੱਕਾ ਫੋਲ ਕੋ ਹੀ ਤੁਹਾਨੂੰ ਵੰਚਨ ਕਹੀ ਤੇ ਹੈ ਨਾ ਕੁਛ ਸੁੱਕ ਪੋਲ ਕਹੀ ਤੁਹਾਨੂੰ ਵੰਚਨ ਕਹੀ ਤੇ ਇਹੋ ਕਹਾਣੀ। ਹੈ ਨਾ ਕੁਛ ਸੁੱਕ ਪੋਲ ਕਹੀ, ਇੱਕ ਪੋਲ ਕਲਪਨਾ ਹੀ ਕਹੀ ਹੋਈ ਹੈ ਠੱਗਣ ਠੱਗ ਠੱਗਣ ਵਾਸਤੇ ਲੋਕਾਂ ਨੂੰ। ਅਜਾ ਕੀ ਚੱਲਿਆ ਕੀ ਫਾਇਦਾ, ਸਭ ਕੁਛ ਸੁਣਾਓ। ਸਵਈਆ ਕ੍ਰਿਤ ਸ਼ਰਾਧ ਇਹ ਅੰਮ੍ਰਿਤ ਜੀਵਨ ਕੋ ਪੁਨ ਜੋ ਪਰਲੋਕ ਵਿਖੇ ਤ੍ਰਿਪਤ ਆਏ। ਇੱਥੇ ਕੀਤੇ ਸ਼ਰਾਧ ਦਾ ਪੰਡਿਤ ਕਹਿੰਦੇ ਨੇ ਉੱਤੇ ਬਜ਼ੁਰਗਾਂ ਨੂੰ ਫਲ ਮਿਲਦਾ, ਜੇ ਇਹ ਗੱਲ ਸੱਚੀ ਹੈ ਤਾਂ। ਜਲ ਗੰਗਤ ਦਏ ਤਬ ਹੀ ਜਗ ਮੈਂ ਕੁਰੂ ਜੰਗਲ ਖੇਤ ਕੋ ਬਿਗਸਾਏ। ਤਾਂ ਫਿਰ ਗੰਗਾ ਦਾ ਪਾਣੀ ਇੱਥੇ ਦੇਣ ਨਾਲ ਕੁਰੂਕਸ਼ੇਤਰ ਦੇ ਜੰਗਲ ਕਿਉਂ ਨਹੀਂ ਹਰੇ ਹੋ ਜਾਂਦੇ, ਜਿਵੇਂ ਗੁਰੂ ਨਾਨਕ ਨੇ ਪਾਣੀ ਪਾਇਆ ਸੀ ਤਾਂ ਕਿ ਉੱਧਰ ਮੇਰੇ ਖੇਤ ਪਏ ਨੇ। ਮ੍ਰਿਤ ਦੀਪ ਸਿੱਖਾ ਬਹੁ ਤੇਲ ਦਏ ਬਿਨ ਪਾਵਕ ਸੋ ਗ੍ਰਹਿ ਮੈਂ ਨਿਕਸਾਏ। ਕਹਿੰਦੇ ਬੁੱਝੇ ਹੋਏ ਦੀਵੇ ਦੀ ਸਿੱਖਾ 'ਚ ਤੇਲ ਪਾਉਣ ਨਾਲ ਬਿਨਾਂ ਅੱਗ ਦੇ ਉਹ ਦੀਵਾ ਰੋਸ਼ਨੀ ਕਰ ਸਕਦਾ, ਨਹੀਂ ਕਰ ਸਕਦਾ।
ਕ੍ਰਿਤ ਵਿਉਤਨ ਕਹਿ ਜਗ ਲੋਕ ਠੱਗੇ। ਇਹ ਬਾਹਮਣਾਂ ਨੇ ਲੋਕਾਂ ਨੂੰ ਠੱਗਣ ਦੀ ਬਣਾਈ ਹੋਈ ਹੈ। ਮੁੱਖ ਇਹੋ ਕਹੇ ਵਿਦ ਵੇਦ ਬਤਾਏ, ਲੋਕਾਂ ਨੂੰ ਇਹ ਕਹਿੰਦੇ ਵੇਦ, ਕਹਿੰਦੇ ਵੇਦ ਚ ਲਿਖਿਆ ਗੱਲ ਲਿਖੀ ਹੋਵੇ ਕਿਤੇ, ਠੱਗਾਂ ਨੇ ਲਿਖੀ ਹੋਣੀ ਹੈ। ਆਪਣੇ ਬਣਾਏ ਵੇਦ ਲੋਕਾਂ ਨੂੰ ਸੁਣਾਈ ਜਾਂਦੇ ਨੇ। ਸਿੱਖ ਵਾਚ ਸੋਈਆ, ਗੁਰ ਖਾਨ ਸੋ ਪਾਨ ਹੈ ਪ੍ਰਾਣ ਪ੍ਰਿਆ, ਸੁਖ ਸੋ ਪਰਮਾਰਥ ਆਪ ਅਲਾਏ। ਹਾਂ ਗੁਰੂ ਜੀ, ਚਾਰ ਵਾਕ ਦਾ ਚੇਲਾ ਕਹਿੰਦਾ ਖਾਨ ਪਾਨ ਤੇ ਪ੍ਰਾਣੀ ਇਸਤਰੀ ਪ੍ਰਾਣ ਪ੍ਰਿਆ ਹੈ, ਇਹ ਆਪ ਜੀ ਦੱਸਦੇ ਹੋ ਵੀ ਪਰਮਾਰਥ ਹੈ। ਇਹ ਖਾਣਾ ਪੀਣਾ ਵਧੀਆ ਹੋਵੇ, ਜਨਾਨੀ ਵਧੀਆ ਹੋਵੇ, ਇਹੀ ਪਰਮਾਰਥ ਹੈ। ਇਹ ਤੋਂ ਤੀਰਥ ਕਾਰਜ ਤੇ ਕਿ ਕਾਰਨ ਭੋਗਣ ਤੇ ਡਰ ਪਾਏ। ਇਹ ਜਿਹੜੇ ਤੀਰਥਾਂ ਨੂੰ ਬਣਾਉਣ ਵਾਲੇ ਸਾਧ ਨੇ ਜਸਨ ਧਾਰਮਿਕ ਲੋਕ ਨੇ, ਇਹ ਦੱਸੋ ਭੋਗਾਂ ਤੋਂ ਕਿਉਂ ਡਰਦੇ ਨੇ? ਫਿਰ ਤੁਸੀਂ ਤਾਂ ਕਹਿੰਦੇ ਹੋ ਵੀ ਭੋਗ ਬੜੀ ਪਵਿੱਤਰ ਚੀਜ਼ ਨੇ, ਪਰਮਾਰਥ ਨੇ, ਇਹ ਜਿੰਨੇ ਤੀਰਥਕਾਰ ਨੇ ਭੋਗਾਂ ਤੋਂ ਬੜੇ ਡਰਦੇ ਨੇ। ਜਗ ਸੁਖ ਤਜੇ ਬਣ ਜਾਏ ਵਸੇ, ਜਗ ਦੇ ਸੁੱਖਾਂ ਨੂੰ ਤਿਆਗ ਕੇ ਜੰਗਲਾਂ ਚਲੇ ਜਾਂਦੇ ਨੇ। ਤਪ ਦੀਰਘ ਸੋ ਨਿਜ ਦੇਹੇ ਤਪਾਏ, ਔਰ ਬੜਾ ਵੱਡਾ ਤਪ ਕਰਕੇ ਆਪਣੇ ਸਰੀਰ ਨੂੰ ਤਪਾਉਂਦੇ ਰਹਿੰਦੇ ਨੇ। ਜਗ ਭੋਗਣ ਤਿਆਗ ਸੋ ਯੋਗ ਭਜੇ, ਜਗ ਦੇ ਭੋਗਣ ਨੂੰ ਤਿਆਗ ਕੇ ਯੋਗ ਕਰਦੇ ਨੇ। ਸੁਖ ਹੀਤ ਹੈ ਵਿਦ ਆਗਮ ਗਾਏ, ਇਹ ਕਹਿੰਦੇ ਨੇ ਵੀ ਸੁਖ ਵਾਸਤੇ ਕਰ ਰਹੇ ਹਾਂ ਅਸੀਂ। ਹਾਂਜੀ, ਚਾਰ ਵਾਕ ਬਾਅਦ ਚਾਰ ਵਾਕ ਬੋਲਿਆ ਫਿਰ ਸੋਰਠਾ, ਧੂਰਤ ਕੀਨ ਪ੍ਰਲਾਪ, ਆਗਮ ਨਾਮ ਸੋ ਤਾ ਤੇ ਧਰੇ। ਕਹਿਣ ਲੱਗਾ ਜਿਹੜੇ ਵੇਦ ਨੇ ਨਾ, ਇਹ ਤੇ ਬਠੱਗਾਂ ਦਾ ਪ੍ਰਲਾਪ ਕਵਾਸ ਕੀਤਾ ਹੋਇਆ, ਉਹਨੂੰ ਵੇਦ ਕਹਿੰਦੇ ਨੇ, ਹੋਰ ਕੀ ਹੈ। ਆਸਾ ਮੋਦਕ ਥਾਪ, ਮੂਰਖ ਤ੍ਰਿਪਤ ਸੋ ਹੋਵੇ। ਆਸਾ ਦੇ ਲੱਡੂ ਬਣਾ ਕੇ ਰੱਜਦੇ ਫਿਰਦੇ ਨੇ ਮੂਰਖ। ਹਾਂਜੀ, ਕੁਛ ਨੀ ਚਾਹੀਦਾ, ਮੈਂ ਨੀ ਸਕਣਾ ਕੁਛ, ਮੈਂ ਦੇਖ ਸਕਦੀ ਬਣ ਆਉਂਦਾ। ਸੋਈਆ, ਦ੍ਰਿਗ ਦੀਰਗ ਅੰਜਨ ਸ਼ਿਆਮ ਖਿਰੈ, ਜਾਂ ਨੀਲ ਸਰੋਵਰ ਹੈ ਬਿਗਸਾਏ। ਉਚਾਰਵਾ ਕਹਿਣ ਲੱਗਾ ਤੂੰ ਆਪਣੇ ਉਚਾਰ ਕੇ ਨਿਰਣਾ ਕਰ ਵੇਖ ਕਿ ਮੋਟੀਆਂ ਅੱਖਾਂ ਦੇ ਸੁਰਮੇ ਨਾਲ ਕਾਲੀਆਂ ਨੇ, ਦ੍ਰਿਗ ਅੰਜਨ ਦੀਰਗ ਅੰਜਨ ਸ਼ਿਆਮ ਖਿਰੇ ਜਾਂ ਖਿਰੇ ਜਾਂ ਨੀਲ ਸਰੋਵਰ, ਜਿਵੇਂ ਨੀਲੇ ਕਮਲ ਖਿੜੇ ਹੁੰਦੇ ਨੇ, ਇਹੋ ਜਿਹੀਆਂ ਅੱਖਾਂ ਹੋਣ। ਨਵ ਨਾਗਰੀਆਂ ਨਵ ਨਾਗ ਕਲਾ, ਸੋਹਣੀਆਂ ਇਸਤਰੀਆਂ ਜਿਨ੍ਹਾਂ ਦੀ ਸੁੰਦਰ ਕਲਾ ਹੈ। ਅਲਕੈ ਅਲਸੀ ਸੋ ਕਪੋਲ ਸੁਹਾਏ, ਨਾਗ ਪੁਤਲੀਆਂ ਵਰਗੀਆਂ ਕਾਲੀਆਂ ਜਿਹਨੇ ਕੇਸ ਨੇ। ਕਹਿ ਤਾਹੇ ਅਲਿੰਗਣ ਸੇਜਨ ਪੈ, ਕਿੱਥੇ ਉਹਨਾਂ ਸੁੰਦਰ ਇਸਤਰੀਆਂ ਦਾ ਸੇਜਾਂ ਦੇ ਸਾਥ ਕਰਨਾ। ਕਹਿ ਪਾਵਕ ਪੰਚ ਸੋ ਦੇਹ ਤਪਾਏ, ਤੇ ਕਿਤੇ ਪੰਜ ਅਗਨੀਆਂ ਵਿੱਚ ਸਰੀਰ ਨੂੰ ਤਪਾਉਣਾ। ਕਹਿ ਬਿੰਜਨ ਭੀਖ ਆਹਾਰ ਕਹਾਂ, ਕਿਤੇ ਮੰਗ ਕੇ ਖਾਣਾ। ਕਹਾ ਉਪਾਵਸਨ ਕਹਿ ਸੱਠ ਦੇਹ ਸੁਕਾਏ, ਤੇ ਕਿਤੇ ਆਪਣੇ ਸਰੀਰ ਨੂੰ ਉਪਵਾਸ ਕਰਕੇ ਸੁਕਾ ਲੈਣਾ। ਕਿੱਥੇ ਆ, ਕਿਤੇ ਬੜੇ ਸੋਹਣੇ ਕੱਪੜੇ ਪਾਉਣੇ ਤੇ ਕਿਤੇ ਨੰਗੇ ਰਹਿਣਾ, ਕਿੰਨਾ ਫਰਕ ਹੈ ਨਤੀਜਿਆਂ ਦਾ। ਸਿੱਖ ਵਾਚ ਚੌਪਈ, ਇਹ ਗੁਰੂ ਗ੍ਰੰਥਕਾਰ ਹੈ ਜੇਤੇ। ਸਿੱਖ ਬੋਲਿਆ, ਹੈ ਗੁਰੂ ਜੀ ਜਿਹੜੇ ਗ੍ਰੰਥਕਾਰ ਹਨ, ਐਸੇ ਬਚਨ ਬਖਾਨੇ ਤੇ ਸਾਰੇ ਏਦਾਂ ਦੀ ਗੱਲਾਂ ਕਰਦੇ ਨੇ। ਦੁੱਖ ਵਿਮਿਸ੍ਰਿਤ ਹੈ ਸੁਖ ਸੰਸਾਰ, ਦੁੱਖ ਵਿਮਿਸ੍ਰਿਤ ਹੈ ਸੁਖ ਸੰਸਾਰ, ਸੰਸਾਰ ਦੇ ਸਾਰੇ ਸੁਖ ਦੁੱਖਾਂ ਨਾਲ ਮਿਲੇ ਹੋਏ ਨੇ। ਤਾਂ ਤੇ ਤਾਂ ਕੋ ਕਰੋ ਪ੍ਰਹਾਰਾ, ਤਿਆਗ ਕਰ ਦਿਓ। ਕਵੀ ਵਾਚ ਦੋਰਾ, ਸੁਨਤ ਸਿੱਖ ਕੀ ਬਾਤ ਕੋ ਹਸੇ ਸੋ ਬਾਲਕ ਜਾਨ। ਚਾਰ ਵਾਕ ਆਪਣੇ ਚੇਲੇ ਦੀ ਗੱਲ ਸੁਣ ਕੇ ਹੱਸ ਪਿਆ। ਚਾਰ ਵਾਕ ਪੂਨ ਯੁਕਤ ਸੋ ਆਗਿਆ ਕਰੇ ਬਖਾਨ, ਫਿਰ ਚਾਰ ਵਾਕ ਯੁਕਤੀ ਨਾਲ ਬੋਲਿਆ। ਚਾਰ ਵਾਕ ਵਾਚ ਸੋਈਆ, ਦੁੱਖ ਸੰਗ ਮਿਲਿਆ ਜਾ ਕੇ ਸੁਖ ਜੋ। ਕਹਿੰਦੇ ਜਿਹੜੇ ਸੰਸਾਰ ਦੇ ਸੁਖ ਕਹਿੰਦੇ ਵੀ ਦੁੱਖਾਂ ਨਾਲ ਮਿਲੇ ਹੋਏ ਨੇ, ਵਹਿ ਦੂਰ ਤਜੇ ਇਹ ਭਾਂਤ ਬਖਾਨੇ, ਉਹ ਕਹਿੰਦੇ ਵੀ ਤਿਆਗ ਦਿਓ, ਇਸ ਤਰ੍ਹਾਂ ਕਹਿੰਦੇ ਨੇ। ਤੇ ਨਿਰਬੁੱਧ ਮਹਾਪਸ ਹੈ ਜਮ ਹਮ, ਉਹ ਪਸ ਹੈ ਹਮ ਜੀਵਨ ਕੇ ਪ੍ਰਤਾਰਕ ਜਾਣੇ, ਅਸੀਂ ਉਹਨਾਂ ਨੂੰ ਬੜਾ ਨਿਰਬੁੱਧੀ ਤੇ ਮਹਾਪਸ਼ੂ ਤੇ ਜੀਵਾਂ ਨੂੰ ਦੁੱਖ ਦੇਣ ਵਾਲਾ ਸਮਝਦੇ ਹਾਂ। ਸਿੱਤ ਤੰਡਲ ਜੇ ਤੁਖ ਸੰਗ ਮਿਲੇ, ਚਿੱਟੇ ਚਾਵਲ ਜਿਹਨਾਂ ਤੇ ਛਿਲਕਾ ਹੁੰਦਾ ਹੈ, ਤੇ ਨਾਹੀ ਤਜੇ ਜਨ ਜੇ ਸੁਰ ਗਿਆਨੇ, ਕੋਈ ਸਿਆਣੇ ਬੰਦੇ ਉਹ ਚਾਵਲ ਦੇ ਛਿਲਕੇ ਨੂੰ ਵੇਖ ਕੇ ਚਾਵਲਾਂ ਨੂੰ ਛੱਡਦੇ ਨੇ, ਨਹੀਂ ਨਾ ਛੱਡਦੇ, ਉਹ ਛਿਲਕਾ ਲਾ ਕੇ ਚਾਵਲ ਖਾ ਲੈਂਦੇ ਨੇ। ਠੀਕ ਹੈ ਵੀ ਸੰਸਾਰ ਦੇ ਦੁੱਖ ਨੇ, ਦੁੱਖਾਂ ਨੂੰ ਪਰੇ ਕਰੋ, ਸੁੱਖ ਤੇ ਖਾਓ। ਇਹ ਭਾਂਤ ਲੁਕਾਇਤ ਵਾਕ ਸੁਣੇ, ਇਹ ਲੁਕਾਇਤ ਯਾਨੀ ਚਾਰ ਵਾਕ ਦਾ ਨਾਂ ਲੁਕਾਇਤ ਵੀ ਹੈ ਨਾ, ਲੁਕਾਇਤ ਇਸ ਤਰ੍ਹਾਂ ਦੇ ਬਚਨ ਸੁਣੇ। ਜਦੋਂ ਮਹਾਮੋਹ ਬਲੀ ਮਨ ਮੈਂ ਬਿਗਸਾਨੇ, ਮਹਾਮੋਹ ਬੜਾ ਖੁਸ਼ ਹੋਇਆ ਆਪਣੇ ਮਨ ਚ,
ਮਹਾਮੋਹਵਾਦ ਪਤਨੀ ਪ੍ਰਤੀ ਸਵਈਆ ਆਪਣੀ ਪਤਨੀ ਨੂੰ ਮਹਾਮੋਹ ਕਹਿੰਦਾ ਮਾਨਨ ਕਾਨਨ ਮਾਹੇ ਸੁਨੇ ਹੇ ਮਾਨਨੀ ਤੂੰ ਸੁਣ ਲੈ ਕੰਨਾਂ ਦੇ ਵਿੱਚ ਬਚਨ ਇਹ ਵਾਕ ਪ੍ਰਮਾਣ ਮਹਾ ਸੁਖਦਾਈ ਬੜੇ ਚੰਗੇ ਬਚਨ ਆਹ ਕਥਾ ਸੁਣਨ ਵਾਲੀ ਇਹ ਟੂੰਗਾ ਸਾਹਿਬ ਦੀ ਬਾਕੀ ਨਹੀਂ ਕਿਸੇ ਦੀ ਕਥਾ ਸੁਣਨੀ ਕਿਉਂ ਚਾਰ ਵਾਕ ਦੇ ਬਚਨ ਨੇ ਪਰ ਸਾਰਿਆਂ ਨੂੰ ਚੰਗੇ ਲੱਗ ਰਹੇ ਨੇ ਕਲਜੂ ਦੇ ਵਿੱਚ ਮਹਾਮੋਹ ਦਾ ਕਲਜੂ ਚ ਰਾਜ ਹੈ ਤੇ ਮਹਾਮੋਹ ਨੂੰ ਇਹ ਬਜਟ ਚੰਗੇ ਲੱਗਦੇ ਨੇ ਮਾਹੇ ਨਿਦਾਗ ਮਨੋ ਬਰਗਾਤਮ ਕਾਨਣ ਕੋ ਸੁਖ ਸੀਤਲਤਾਈ ਕੰਨਾਂ ਨੂੰ ਇਹ ਠੰਡੇ ਲੱਗਦੇ ਨੇ ਸੁਖ ਦਿੰਦੇ ਨੇ ਸਾਨੰਦ ਤਾਹੇ ਸਾਨੰਦ ਤਾਹੇ ਵਿਲੋਕਨ ਕੈ ਆਨੰਦ ਦੇ ਨਾਲ ਨੂੰ ਵੇਖਣਾ ਨਿਰਿਪ ਮੋਹ ਬਲੀ ਇਹ ਬਾਤ ਅਲਾਏ ਆਪਣੀ ਪਤਨੀ ਨੂੰ ਵੇਖ ਕੇ ਮਨ ਮਾਮ ਬੋਲਿਆ ਆਹੇ ਲੁਕਾਇਤ ਸੱਜਣ ਆਹੇ ਲੁਕਾਇਤ ਸੱਜਣ ਮੈਂ ਜਿਹੜਾ ਇਹ ਚਾਰ ਵਾਕ ਹੈ ਲੁਕਾਇਤ ਮੇਰਾ ਸੱਜਣ ਹੈ ਇਹ ਮੇਰਾ ਫਰੈਂਡ ਹੈ ਇਨ ਵਾਕਨ ਕਹਿ ਔਰ ਮੈਂ ਹਰ ਖਾਈ ਇਹਦੇ ਬਚਨਾਂ ਤੋਂ ਮੈਨੂੰ ਖੁਸ਼ੀ ਮਿਲਦੀ ਹੈ ਦੁਹਰਾ ਖਿੜਦਾ ਹਾਂ ਤੈ ਅਵਸਰ ਆਇਓ ਤਬ ਚਾਰ ਵਾਕ ਪ੍ਰਧਾਨ ਉਸ ਵੇਲੇ ਚਾਰ ਵਾਕ ਪ੍ਰਧਾਨ ਆ ਗਿਆ ਪੇਖ ਸਮੀਪ ਸੋ ਜਾਏ ਕਹਿ ਕਿਨੋ ਇਹੋ ਬਖਾਨ ਨੇੜੇ ਜਾ ਕੇ ਬੋਲਿਆ ਚਾਰ ਵਾਕ ਵਾਚ ਚੌਪਈ ਜੈ ਜੈ ਮਹਾਰਾਜ ਜਗ ਕਾਰਨ ਚਾਰ ਵਾਕ ਕਹਿੰਦਾ ਮਾਹੋ ਨੂੰ ਹੇ ਮਹਾਰਾਜ ਤੁਹਾਡੀ ਜੈ ਹੋਵੇ ਤੁਸੀਂ ਜਗਤ ਦੇ ਕਾਰਨ ਹੋ ਜਗਤ ਦਾ ਕਾਰਨ ਮੋਹ ਹੀ ਹੈ ਜੇ ਤੁਹਾਨੂੰ ਮੋਹ ਮਰਜੇ ਜਗਤ ਮਰ ਜਾਂਦਾ ਪਿੰਨ ਸਾਹਿਬੋ ਪਿੰਨ ਸਾਹਿਬ ਆਪਣੀ ਤਾਰੀ ਤੁਮ ਤ੍ਰਿਭਵਨ ਕੇ ਹੋ ਪ੍ਰਤ ਪਾਰਨ ਤੁਸੀਂ ਤਿੰਨਾਂ ਭਾਵਨਾ ਨੂੰ ਪਾਲ ਲਵਾ ਰਹੇ ਹੋ ਚਾਰ ਵਾਰ ਪਦ ਕਰੇ ਪ੍ਰਣਾਮਾ ਚਾਰ ਵਾਰ ਤੁਹਾਡੇ ਚਰਨਾਂ ਦੇ ਨਮਸਕਾਰ ਸੇਵਕ ਸਦਾ ਪਛਾਣੋ ਨਮ ਸਦਾ ਆਪਣਾ ਸੇਵਕ ਜਾਣੋ ਮੈਨੂੰ ਕਦੇ ਵੀ ਸਭ ਸਾਰੇ ਜੈ ਬਾਦ ਕਰ ਦਿਓ ਤਾਂ